ਜੇ ਅਸੀਂ ਫੱਗਣ ਮਾਝਾ ਕਰਕੇ ਜੇ 26 ਤਰੀਕ ਦੀ ਦਰਖਾਸਤ ਦਿੱਤੀ ਵੀ ਆ ਸਾਡੇ ਨਾ ਦੋਏ ਜਣਾਂ ਨੇ ਪੱਟ ਮਾਰ ਦਿੱਤੀ ਰਵਿਦਾਸ ਮਹਾਰਾਜ ਦੇ ਮੰਦਿਰ 'ਚ ਸੇਵਾ ਕਰ ਰਹੇ ਸਾਡੇ ਨਾਲ ਉੱਥੇ ਆ ਕੇ ਉਹਨਾਂ ਨੇ ਹੱਥੋਂ ਪਾਈ ਕੀਤੀ ਦੋਏ ਜਣਾਂ ਮਾਰਿਆ ਮੇਰੇ ਘਰ ਦੇ ਮੈਂਬਰ ਛਕਿਆ ਗਿਆ ਉਹਨਾਂ ਦੇ ਹੀ ਗੱਲਾਂ ਕੱਢ ਕੇ ਸਾਨੂੰ ਕਹਿੰਦੇ ਜ਼ਿਆਦੇ ਅੰਮ੍ਰਿਤ ਭਾਰੀ ਜ਼ਿਆਦੇ ਗੁਰੂ ਦੇ ਸਿੰਘ ਬਣ ਰਹੇ ਨੇ ਉਹਨਾਂ ਦਾ ਸਿੰਘ ਕੱਢ ਕੇ ਉਹਨਾਂ ਨੇ ਸੁੱਟਿਆ 26 ਤਰੀਕ ਨੂੰ ਦਰਖਾਸਤ ਦਿੱਤੀ ਹੋਈ ਉੱਪਰੋਂ 16 ਤਰੀਕ ਨੂੰ ਵੀ ਸਾਡਾ ਵੀ ਕੋਈ ਵੀ ਸੁਣਵਾਈ ਨਹੀਂ ਹੋਈ ਸਾਨੂੰ ਇਨਸਾਫ ਚਾਹੀਦਾ ਸਾਡੇ 10 ਵਜੇ ਬੁਲਾ ਲੈਂਦੇ ਨੇ ਸਾਨੂੰ ਥਾਣੇ 'ਚ 11 ਵਜੇ ਤੱਕ ਬਿਠਾ ਕੇ ਸਾਨੂੰ ਕਹਿ ਦਿੰਦੇ ਨੇ ਬਹਿ ਜਾਓ ਅਸੀਂ ਲੈਣ ਜਾ ਰਹੇ ਹਾਂ ਫਿਲਹਾਲ ਉਹਨਾਂ ਨੂੰ 4-4-5-5 ਘੰਟੇ ਰਹਿੰਦੇ ਨੇ ਉਹਨਾਂ ਨੂੰ ਲੈ ਕੇ ਨਹੀਂ ਜਦ ਅਸੀਂ ਸਾਨੂੰ ਭੇਜ ਦਿੰਦੇ ਨੇ ਘਰ ਨੂੰ ਫਿਰ ਕਹਿ ਦਿੰਦੇ ਨੇ ਆ ਜਾਓ ਅਸੀਂ ਉਹਨਾਂ ਨੂੰ ਲੈ ਆਏ ਐਂ ਕਰ ਲਓ ਉਹ ਕਰ ਲਓ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਵੀ ਤੁਸੀਂ ਫੈਸਲਾ ਕਰ ਲਓ ਨਹੀਂ ਤੁਹਾਡੇ ਤੋਂ ਪਰਚਾ ਕਰ ਲਾਂਗੇ ਸਰਪੰਚ ਨੇ ਅੱਜ ਦੀ ਜਿਹੜੇ ਅਸੀਂ 10 ਵਜੇ ਗਏ ਸੀਗੇ ਸਾਨੂੰ ਕਹਿੰਦੇ ਵੀ 9 ਵਜੇ ਦਾ ਟਾਈਮ ਸੀ ਉਹਨਾਂ ਨੂੰ ਡੀਕ ਰਿਹਾ ਵੀ ਆਏ ਨਹੀਂ ਕਹਿੰਦੇ ਸ਼ਾਮ ਨੂੰ 4 ਵਜੇ ਦਾ ਸਰਪੰਚ ਸਾਹਿਬ ਨੇ ਟਾਈਮ ਲੈਤਾ ਵੀ ਸ਼ਾਮ ਨੂੰ 4 ਵਜੇ ਪੇਸ਼ ਕਰਾਂਗੇ ਆਪਣਾ 5-6 ਵੱਜਣੇ ਵਾਲੇ ਆ ਜੀ ਉਹਨਾਂ ਨੂੰ ਹਜੇ ਤੱਕ ਵੀ ਪੇਸ਼ ਨਹੀਂ ਕੀਤਾ ਸਾਡੇ ਕੋਲ ਕੋਈ ਵੀ ਫੋਨ ਨਹੀਂ ਆਇਆ ਕੋਈ ਵੀ ਗੱਲਬਾਤ ਨਹੀਂ ਮੇਰੇ ਗੁਰੂ ਦੀ ਬੇਅਦਬੀ ਕੀਤੀ ਹੈ ਮੈਨੂੰ ਉਹਦਾ ਇਨਸਾਫ ਚਾਹੀਦਾ ਮੇਰੀ ਹੈਲਪ ਕਰੋ ਮੈਨੂੰ ਇਨਸਾਫ